ਅਸੀਂ ਦੋਵੇਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਕੇ ਆਏ ਹਾਂ, ਕਿਉਂਕਿ ਤੁਸੀਂ ਸਾਰੇ ਇਸ ਗੱਲ ਨੂੰ ਜਾਣਦੇ ਹੋ ਕਿ ਅੱਜ 1 ਜੂਨ ਹੈ ਔਰ ਉਹ ਮਨੂਸ ਦਿਨ ਹੈ ਜਿਸ ਦਿਨ ਘੱਲੂਘਾਰਾ ਦੇ ਨਾਂ 'ਤੇ ਅਸੀਂ ਇਸ ਦਿਨ ਨੂੰ ਯਾਦ ਕਰਦੇ ਹਾਂ, ਜਦੋਂ ਓਪਰੇਸ਼ਨ ਬਲੂ ਸਟਾਰ ਨੀਲਾ ਸਾਕਾ ਸ੍ਰੀ ਹਰਿਮੰਦਰ ਸਾਹਿਬ 'ਤੇ ਅਕਾਲ ਤਖ਼ਤ ਸਾਹਿਬ 'ਤੇ ਜੋ ਅਟੈਕ ਗਾਂਧੀ ਪਰਿਵਾਰ ਨੇ ਕਾਂਗਰਸ ਪਾਰਟੀ ਨੇ ਅੱਜ ਕਰਾਇਆ, ਅੱਜ ਜਿੱਥੇ ਸਭ ਤੋਂ ਪਹਿਲਾਂ ਮੈਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਾ, ਗੁਰੂ ਚਰਨਾਂ 'ਚ ਆਪਦਾ ਸੀਸ ਨਿਵਾ ਕੇ ਗੁਰੂ ਸਾਹਿਬ ਤੋਂ ਅਸੀਂ ਸਾਰੀ ਇਹ ਅਰਦਾਸ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਪੰਥ 'ਚ ਇਤਫਾਕ, ਪਿਆਰ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਅਤੇ ਜਿਨ੍ਹਾਂ ਨੇ ਸ਼ਹਾਦਤ ਦਿੱਤੀਆਂ ਉਹਨਾਂ ਨੂੰ ਗੁਰੂ ਸਾਹਿਬ ਉਹਨਾਂ ਦੇ ਪਰਿਵਾਰਾਂ 'ਤੇ ਮਿਹਰ ਪਰਿਆਹਤ ਰੱਖਣ। ਦੂਜੀ ਗੱਲ ਵੇਖੋ, ਇਹ ਜਿਹੜੀ ਲੜਾਈ ਹੈ ਇੱਕ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ਅੱਜ ਜਿਹੜੀਆਂ ਵੋਟਾਂ ਪੈ ਰਹੀਆਂ ਦੇਸ਼ ਦੀਆਂ, ਜਿਹੜੇ ਦੇਸ਼ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਆ, ਜਿਹੜਾ SC ਭਾਈਚਾਰੇ ਦੀ ਰਿਜ਼ਰਵੇਸ਼ਨ ਭਾਜਪਾ ਖਤਮ ਕਰਨਾ ਚਾਹੁੰਦੀ ਹੈ, ਜਾਂ ਪਿਛਲੇ 2.5 ਸਾਲਾਂ 'ਚ ਜੋ ਲੋਅ ਐਂਡ ਆਰਡਰ ਦੇ ਬੁਰੇ ਹਾਲਾਤ ਨੇ, 85% ਇੰਡਸਟਰੀ ਪੰਜਾਬ ਤੋਂ ਬਾਹਰ ਭੱਜ ਗਈ ਹੈ, ਲੋਕਾਂ ਨੂੰ ਰੋਜ਼ਗਾਰ ਮਿਲ ਨਹੀਂ ਰਿਹਾ, ਔਰ ਵੱਡੀ ਗੱਲ ਇਹ ਹੈ ਕਿ ਜੋ ਸਹੂਲਤਾਂ ਸਨ, ਚਾਹੇ ਉਹ ਕਣਕ ਦਾਲ ਦੀਆਂ ਸਨ, ਲੋਕਾਂ ਦੇ ਕਾਰਡ ਕੱਟੇ ਗਏ, ਬਾਦਲ ਸਾਹਿਬ ਵੇਲੇ 30 ਕਿਲੋ ਕਣਕ ਆਉਂਦੀ ਸੀ, ਅੱਜ ਕੱਟ ਕੇ 5 ਕਿਲੋ 'ਤੇ ਰਹਿ ਗਈ ਹੈ, ਲੋਕੀ ਮਹਿੰਗਾਈ ਇੰਨੀ ਵੱਧ ਗਈ ਹੈ, ਮਗਰ ਲੋਕਾਂ ਨੂੰ ਮੁਸ਼ਕਲਾਂ ਦਾ ਵੱਡਾ ਸਾਹਮਣਾ ਕਰਨਾ ਪੈ ਰਿਹਾ। ਪੈਨਸ਼ਨ 2500 ਦਾ ਵਾਅਦਾ ਸੀ, ਉਹ ਨਹੀਂ ਦੇ ਰਹੇ, ਪੈਨਸ਼ਨ ਕਈ ਬਜ਼ੁਰਗਾਂ ਦੀ ਕੱਟੀ ਗਈ ਹੈ, ਬੇਰੋਜ਼ਗਾਰੀ ਭੱਤਾ 2400 ਦੀ ਗੱਲ ਕੀਤੀ ਸੀ, ਉਹ ਨਹੀਂ ਮਿਲ ਰਿਹਾ, ਨੌਜਵਾਨਾਂ ਨਾਲ ਨੌਕਰੀ ਦਾ ਵਾਅਦਾ ਸੀਗਾ ਉਹ ਨਹੀਂ ਮਿਲ ਰਿਹਾ, ਸ਼ਗਨ ਸਕੀਮ ਬੰਦ ਨੇ, ਲੋਕ ਪੱਖੀ ਲੋਕ ਭਲਾਈ ਸਕੀਮਾਂ ਸਾਰੀਆਂ ਬੰਦ, ਡਿਵੈਲਪਮੈਂਟ ਬੰਦ, ਪੰਜਾਬ ਅੱਜ 4.25 ਲੱਖ ਕਰੋੜ ਦਾ ਕਰਜ਼ਾਈ ਹੈ, ਔਰ ਅੱਜ ਦੇ ਦਿਨ ਜਿੱਥੇ ਅਸੀਂ ਦਰਬਾਰ ਸਾਹਿਬ ਅਤੇ ਨੀਲਾ ਸਾਕਾ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਉੱਥੇ ਹੀ ਜੋ ਕਿਸਾਨੀ ਅੰਦੋਲਨ ਲਈ ਸਾਡੇ ਅੰਨਦਾਤਾ ਦਾ ਜੋ ਕਾਣ ਹੋਇਆ, ਸ਼ਹੀਦੀਆਂ ਦਿੱਤੀਆਂ ਗਈਆਂ ਨੇ, ਉਹਨੂੰ ਯਾਦ ਕਰਦੇ ਹੋਏ ਲੋਕਾਂ ਨੇ ਬੜੀ ਸੋਚ ਸਮਝ ਕੇ ਵੋਟ ਪਾਉਣੀ ਆ, ਔਰ ਮੇਰਾ ਇਹ ਮੰਨਣਾ ਕਿ ਖੇਤਰੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਚੋਣ ਨਿਸ਼ਾਨ ਤੱਕੜੀ, ਔਰ ਜਿਸ ਇਨਸਾਨ ਨੇ ਵੱਡਾ ਫੈਸਲਾ ਕਿਸਾਨੀ ਦੇ ਹੱਕ 'ਚ ਦਿੱਤਾ, ਅਨਿਲ ਜੋਸ਼ੀ ਨੂੰ ਜ਼ਰੂਰ ਕਾਮਯਾਬ ਕਰਨਗੇ। ਨਹੀਂ, ਅੱਜ ਇਹ ਤਾਂ ਬੜਾ ਕਲੀਅਰ ਹੈ ਜੀ, ਜੋ ਰੁਝਾਨ ਆ ਰਿਹਾ ਕਿ ਭਾਜਪਾ ਦਾ ਦੇਸ਼ ਦੇ ਅੰਨਦਾਤਾ ਨੇ, ਖੇਤ ਮਜ਼ਦੂਰਾਂ ਨੇ ਬਿਸਤਰਾ ਗੁੱਲ ਕਰਤਾ, ਔਰ ਜਿਹੜੀ ਰੂਲਿੰਗ ਪਾਰਟੀ ਇੱਥੇ ਆ ਝਾੜੂ, ਉਹ ਝਾੜੂ ਦਾ ਝਾੜੂ ਖਿਲਰ ਜਾਣਾ ਜੀ, ਲੋਕਾਂ ਨੇ ਝਾੜੂ ਇਹਨਾਂ ਤੇ ਫੇਰਨਾ ਜਿਨ੍ਹਾਂ ਨੇ ਧੋਖਾ ਕੀਤਾ। ਜੇ ਅਕਾਲੀ ਦਲ ਦਾ ਫਿਰ ਮਜੀਠੀਆ ਸਾਹਿਬ ਕੀ ਰਹੇਗਾ ਫਿਰ, ਜੇ ਤੁਸੀਂ BJP ਦੇ ਵੀ ਨਾਲ ਨਹੀਂ, ਇੰਡੀਆ ਅਲਾਈਅੰਸ ਦੇ ਨਾਲ ਵੀ? ਅਸੀਂ ਪੰਜਾਬ ਨਾਲ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਅਸੀਂ ਉਹ ਜਿਨ੍ਹਾਂ ਮਾਈਨੋਰਿਟੀਜ਼ ਨੂੰ ਜੋ ਟਾਰਗੇਟ ਕਰ ਰਹੇ ਆ, ਜੋ ਲੋਕਾਂ ਨੂੰ ਵੰਡ ਕੇ ਫਿਰਕੂ ਸੋਚ ਨਾਲ ਵੋਟਾਂ ਲੈਣਾ ਚਾਹ ਰਹੇ ਆ, ਅਸੀਂ ਅੱਜ ਉਹਨਾਂ ਦੇ ਉਲਟ ਖਲੋਤੇ ਹਾਂ, ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਲਈ ਖਲੋਤੇ। ਕੱਲ੍ਹ ਵੀ ਤੁਸੀਂ ਵੇਖਿਆ ਜਨਾਲੇ 'ਚ ਇਹ ਆਏ ਆ ਮੰਤਰੀ ਸਾਹਿਬ, ਮੈਨੂੰ ਲੱਗਦਾ ਉਹਨੂੰ ਪੁੱਛਿਓ, ਤੁਹਾਡੀ ਤੁਸੀਂ ਤਾਂ ਆਪਦੇ ਬੰਦਿਆਂ ਨੂੰ ਮਹਿਫੂਜ਼ ਨਹੀਂ ਰੱਖ ਸਕ ਰਹੇ।
ਤੁਸੀਂ ਮੈਂ ਮੇਰੀ ਬੇਨਤੀ ਸੁਣਿਓ ਜੀ, ਮੈਂ ਉਹ ਬੇਨਤੀ ਕਰ ਰਿਹਾ। ਅੱਜ ਸਿੱਧੂ ਮੂਸੇ ਵਾਲਾ, ਅੱਜ ਉਸ ਗੱਲ ਦਾ ਵੀ ਲੋਕਾਂ ਨੇ ਹਿਸਾਬ ਲੈਣਾ। ਸੰਦੀਪ ਨੰਗਲੰਬੀਆਂ, ਲਾਰੈਂਸ ਬਿਸ਼ਨੋਈ ਦਾ ਜੇਲ੍ਹਾਂ 'ਚੋਂ ਇੰਟਰਵਿਊ, ਔਰ ਕੱਲ ਆਮ ਆਦਮੀ ਪਾਰਟੀ ਦਾ ਵਜ਼ੀਰ ਸਾਹਿਬ ਦਾ ਰਾਈਟ ਹੈਂਡ ਮੈਨ ਦੋ ਦੋ ਪਿਸਤੌਲਾਂ ਲੈ ਕੇ ਵੜੇ ਆ, ਅੱਜ ਤਰ੍ਹਾਂ ਸ਼ਰੇਆਮ ਗੋਲੀਆਂ ਚਲਾਈਆਂ ਇਹਨਾਂ ਦੇ ਹਲਕੇ 'ਚ ਵਜ਼ੀਰ ਸਾਹਿਬ ਦੇ, ਜੇ ਉੱਥੇ ਲਾਅ ਐਂਡ ਆਰਡਰ ਦਾ ਬੇੜਾ ਗਰਕ ਹੋ ਗਿਆ। ਤੁਸੀਂ ਕੀ ਸਮਝਦੇ ਹੋ ਕਿ ਲੋਕ ਮਹਿਫੂਜ਼ ਆ? ਅੱਜ ਫਰੋਤੀ ਦਾ ਰਾਜ ਹੈ, ਅੱਜ ਲੋਕਾਂ ਦੀਆਂ ਚੈਨੀਆਂ ਵਾਲੀਆਂ ਜਿੱਥੇ ਜੋ ਆ ਰਿਹਾ ਉਹ ਖੋਈ ਜਾਂਦੇ ਆ, ਕੋਈ ਸੁਣਵਾਈ ਹੋ ਰਹੀ?